ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ న్యూਸ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਜੇ ਵਿਜੀਲੈਂਸ ਮੇਰੇ ਤੋਂ ਭ੍ਰਸ਼ਟਾਚਾਰ ਤੇ ਮਾਫੀਆ ਦਾ ਨਾਮ ਪੁੱਛੇਗੀ ਤਾਂ ਜ਼ਰੂਰ ਦੇ ਦੇਵਾਂਗਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਭਾਜਵਾਸ਼ਪਣੀ ਸ਼ਰਮਪਤੀ ਪ੍ਰਧਾਨਗੀ ਹੇਠ ਸੱਦੀ ਕੋਰ ਗਰੁੱਪ ਤੇ ਸੂਬੇ ਦੇ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਕੈਪਟਨ ਮਰਿੰਦਰ ਸਿੰਘ ਪਹਿਲੀ ਵਾਰ ਸ਼ਾਮਲ ਹੋਏ ਦੱਸਦੀ ਹੈ ਕੈਪਟਨ ਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਹੈ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਾਜਪਾ ਦੇ ਮੁਖ ਦਫ਼ਤਰ ਚੰਡੀਗੜ੍ਹ ਪੁੱਜੇ ਇਸ ਮੌਕੇ ਕੈਪਟਨ ਮਰਿੰਦਰ ਸਿੰਘ ਨੇ ਕਾਂਗਰਸ ਨੇ ਕਿਹਾ ਕਿ ਮੈਨੂੰ ਅਸਤੀਫਾ ਦੇਣ ਲਈ ਕਿਹਾ ਕਹਿਣ ਤੋਂ 1 ਮਹੀਨਾ ਪਹਿਲਾਂ ਕਾਂਗਰਸ ਨੇ ਪ੍ਰਧਾਨ ਬਣਾਇਆ ਸੀ ਸ਼੍ਰੀਮਤੀ ਗਾਂਧੀ ਨੂੰ ਫੋਨ ਕਰਤਾ ਜਦੋਂ ਮੈਂ ਸੁਣਿਆ ਕਿ ਸੀਐਲਪੀ ਦੀ ਮੀਟਿੰਗ ਬੁਲਾਈ ਗਈ ਹੈ ਮੈਨੂੰ ਅਸਤੀਫਾ ਦੇਣ ਲਈ ਕਿਹਾ ਮੈਂ ਕਾਂਗਰਸ ਵਿੱਚ 52 ਸਾਲ ਬਰਦਾਇ ਉਹਨਾਂ ਨੇ ਕਿਹਾ ਜੀ ਕਾਂਗਰਸ ਵਿੱਚ ਛੋਟੀ ਸੋਜ ਵਾਲੇ ਲੋਕ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਲੱਗੇ ਹੋਏ ਨੇ ਕੈਪਟਨ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਮੈਂ ਵਿਜੀਲੈਂਸ ਵਿਭਾਗ ਨੂੰ ਨਜਾਇਜ਼ ਮਾਈਨਿੰਗ ਵਿੱਚ ਸ਼ਾਮਲ ਕਾਂਗਰਸੀ ਆਗੂਆਂ ਦੇ ਨਾਵਾਂ ਦਾ ਖੁਲਾਸਾ ਕਰਾਂਗਾ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲਈ ਜ਼ਰੂਰੀ ਖਬਰ ਟਰਮ ਇਕ ਦੇ ਇਸ ਦਿਨ ਦਾ ਪੇਪਰ ਮੁਲਤਵੀ ਰਾਜਵਿੱਧਕ ਹੋ ਜਾ ਤੇ ਸਖਲਾਈ ਪ੍ਰੀਸ਼ਦ ਪੰਜਾਬ ਦੇ ਵੱਲੋਂ ਲਈ ਜਾਣ ਵਾਲੀ ਸਤੰਬਰ 2022 ਟਰਮ ਪ੍ਰੀਖਿਆ ਦੀ ਡੇਟਸ਼ੀਟ ਵਿੱਚ ਅੰਸ਼ਕ ਤਬਦੀਲੀ ਕੀਤੀ ਗਈ ਹੈ ਜੀ ਐਸ ਆਈ ਆਰਟੀ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ 28 ਸਤੰਬਰ ਦਾ ਪੇਪਰ ਮੁਲਤਵੀ ਕਰ ਦਿੱਤਾ ਗਿਆ ਹੈ ਦਰਅਸਲ ਸਤੰਬਰ 28 2022 ਨੂੰ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਮਨਾਉਣ ਦੇ ਸਬੰਧੀ ਉਹਨਾਂ ਦੀ ਜੀਵਨੀ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਅਗਲੇ ਮਹੀਨੇ ਛੁੱਟੀਆਂ ਹੀ ਛੁੱਟੀਆਂ ਅਕਤੂਬਰ ਦੇ ਵਿੱਚ 21 ਦਿਨ ਬੈਂਕ ਰਹਿਣਗੇ ਬੰਦ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਪਰ ਉਸ ਤੋਂ ਪਹਿਲਾਂ ਨੀਕੀ ਦੀ ਬੇਨਤੀ ਹੈ। ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਅਕਤੂਬਰ 2022 ਚ ਸ਼ੁਰੂ ਹੋਣ 'ਚ ਸਿਰਫ 3 ਦਿਨ ਬਾਕੀ ਨੇ ਇਸ ਮਹੀਨੇ ਬੈਂਕਾਂ 'ਚ ਕੁਝ ਦਿਨ ਹੀ ਕੰਮ ਹੋਏਗਾ ਤੁਹਾਨੂੰ ਦੱਸ ਦਈਏ ਕਿ ਰਾਜ ਅਤੇ ਸ਼ਹਿਰਾਂ ਦੇ ਵਿੱਚ ਬੈਂਕ ਛੁੱਟੀਆਂ ਵੱਖ-ਵੱਖ ਹੁੰਦੀਆਂ ਨੇ ਬੈਂਕਿੰਗ ਛੁੱਟੀਆਂ ਵਾਲੀ ਵੱਖ-ਵੱਖ ਰਾਜਾਂ ਵਿੱਚ ਮਨਾਏ ਜਾਂਦੇ ਤਿਉਹਾਰ ਜਾਂ ਉਹਨਾਂ ਰਾਜਾਂ ਦੇ ਵਿੱਚ ਹੋਣ ਵਾਲੇ ਹੋਰ ਸਮਾਗਮਾਂ ਦੇ ਉੱਤੇ ਨਿਰਭਰ ਕਰਦੀਆਂ ਪਰ ਦੋਸਤੋ ਜਿਆਦਾ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਇਸ ਵਾਰ 21 ਦਿਨ ਲਗਾਤਾਰ ਬੈਂਕ ਬੰਦ ਰਹਿਣਗੇ ਐਸ Delhi ਤੁਸੀਂ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਜਿਸ ਨੂੰ ਦੇਖ ਕੇ ਤੁਹਾਨੂੰ ਪੂਰੀ ਡਿਟੇਲ ਮਿਲ ਜਾਵੇਗੀ ਅਕਤੂਬਰ ਦੇ ਵਿੱਚ ਛੁੱਟੀਆਂ ਹੋਣ ਕਾਰਨ ਬੈਂਕਾਂ ਦੇ ਵਿੱਚ ਲੋਕਾਂ ਨੂੰ ਕਾਫੀ ਦਿੱਕਤ ਆਵੇਗੀ ਤੁਸੀਂ ਆਨਲਾਈਨ ਨਜ਼ਰ ਮਾਰ ਸਕਦੇ ਹੋ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕਿਸਾਨਾਂ ਵੱਲੋਂ ਅੰਮ੍ਰਿਤਸਰ ਦਿੱਲੀ ਹਾਈਵੇ ਜਾਮ ਕਰਨ ਦਾ ਐਲਾਨ ਗੈਰ ਰਾਜਨੀਤਿਕ ਦੇ ਸੱਦੇ ਤੇ ਸੰਜੁਗਤ ਮੋਰਚੇ ਦੇ ਸੱਦੇ ਤੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਕਿਸਾਨ ਮੰਗਾ ਸਬੰਧੀ 30 ਸਤੰਬਰ ਨੂੰ ਅੰਮ੍ਰਿਤਸਰ ਦਿੱਲੀ ਹਾਈਵੇ ਤੇ ਆਵਾਜਾਈ ਬੰਦ ਕਰਕੇ ਸਰਕਾਰ ਦਾ ਡਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਜਥੇਬੰਦੀ ਦੀ ਮੀਟਿੰਗ ਜੋਨ ਪ੍ਰਧਾਨ ਮੰਗਲ ਸਿੰਘ, ਰਾਮਪੂਰਾ ਸਤਨਾਮ ਸਿੰਘ ਜੰਡਿਆਲਾ, ਪਰਮਜੀਤ ਸਿੰਘ ਬਾਗਾ, ਚਾਟੀਵਿੰਡ ਦੀ ਅਗਵਾਈ ਵਿੱਚ ਗੁਰਦੁਆਰਾ ਬਾਬਾ ਪੂਰੇਵਾਲ ਵਿੱਚ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਤੇ ਜਗਜੀਤ ਸਿੰਘ ਵਰਪਾਲ ਕਾਰਤ ਸਿੰਘ ਰਾਮਪੁਰਾ ਨੇ ਕਿਹਾ ਕਿ ਬੇਮੌਸਮੀ بارش ਕਾਰਨ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਸਰਕਾਰ ਇਸ ਦੀ ਤੁਰੰਤ ਗਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮਾਫਜਾ ਦੇਵੇ ਡਾਲਰ ਦੇ ਅੱਗੇ ਚੁੱਕਿਆ ਪੌਂਡ 30 ਸਾਲਾਂ ਦੇ ਰਿਕਾਰਡ ਹੇਠਲੇ ਪੱਧਰ ਤੇ ਆਇਆ ਬ੍ਰਿਟਿਸ਼ ਪੌਂਡ ਮੰਡੀ ਦੇ ਵਿਕਾਸ ਦੀ ਦਰ ਵਿੱਚ ਵੱਡੀ ਗਿਰਾਵਟ ਤੇ ਡਰੋ ਸੋਮਵਾਰ ਨੂੰ ਬ੍ਰਿਟਿਸ਼ ਪੌਂਡ ਡਾਲਰ ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ ਤੇ ਡਿੱਗਿਆ ਨਵੇਂ ਵਿੱਤ ਵਿਕਾਸ ਮੰਤਰੀ ਕਹਾਵਾਸੀ ਕੁਆਰਟੇਗ ਵੱਲੋਂ ਵਿਵਾਦਪੂਰਨ ਟੈਕਸ ਕਟਣ ਵਾਲੇ ਮਿਨੀ ਬਜਟ ਦੀ ਘੋਸ਼ਣਾ ਤੋਂ ਬਾਅਦ ਪਟਵਾਰੀਆਂ ਨੂੰ ਯੂਕੇ ਵਿੱਚ ਮੰਦੀ ਦਾ ਡਰ ਸਤਾ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਟੈਕਸ ਕਟੌਤੀ ਤੇ ਕਵਾਸੀ ਕੁਆਰਟੇਗ ਦੇ ਬਿਆਨ ਤੋਂ ਬਾਅਦ ਪੌਂਡ 4.5% ਤੋਂ ਵੱਧ ਡਿੱਗ ਕੇ ਰਿਕਾਰਡਡ ਹੇਠਲੇ ਪੱਧਰ ਤੇ ਆ ਗਿਆ ਦੱਸਦੀ ਹੈ ਕਿ ਟੈਕਸ ਕਟੌਤੀ ਨੂੰ ਲੈ ਕੇ ਕਵਾਸੀ ਕੁਵਾਰਾ ਟੇਂਗ ਦਾ ਵਿਵਾਦਤ ਐਲਾਨ ਅਜਿਹੇ ਸਮੇਂ ਆਇਆ ਜਦੋਂ ਵਿੱਤੀ ਬਾਜ਼ਾਰਾਂ 'ਚੋਂ ਟ੍ਰੈਜਰੀ ਦੇ ਹਾਲਾਤ ਤੇ ਨਵੀਆਂ ਵਿੱਤੀ ਨੀਤੀਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਸ਼ੁੱਕਰਵਾਰ ਨੂੰ ਸਰਕਾਰ ਦੀ ਵਿਕਾਸ ਯੋਜਨਾ ਜਾਰੀ ਹੋਣ ਤੋਂ ਬਾਅਦ ਬਾਜ਼ਾਰ ਪਹਿਲਾਂ ਹੀ ਬਕਵਾਲੀ ਦੇ ਦਬਾਅ ਦੇ ਹੇਠਾਂ ਤੇ ਇਸ ਤੋਂ ਬਾਅਦ ਪਿਛਲੇ 50 ਸਾਲਾਂ ਜੋ ਟੈਕਸ ਤੋਂ ਸਭ ਤੋਂ ਘੱਟ ਕਟੌਤੀ ਦਾ ਐਲਾਨ ਤੇ ਬਾਜ਼ਾਰ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। بارش ਦੇ ਨਾਲ ਫਸਲ ਦੇ ਨੁਕਸਾਨ ਦਾ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ ਬ੍ਰਹਮਸ਼ੰਕਰ ਜਿੰਪਾ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ بارش ਨਾਲ ਹੋਏ ਨੁਕਸਾਨ ਦੀ ਪਰਪਾਈ ਕੀਤੀ ਜਾਵੇਗੀ ਉਹਨਾਂ ਨੇ ਕਿਸਾਨਾਂ ਦਾ ਜੋ ਵੀ ਨੁਕਸਾਨ ਹੋਇਆ ਉਸ ਦੀ ਗਰਦਾਵਰੀ ਕਰਵਾਈ ਜਾਵੇਗੀ ਫਸਲ ਦੇ ਨੁਕਸਾਨ ਦਾ ਸੇ ਕਿਸਾਨਾਂ ਨੂੰ ਮੁਆਵਤਾ ਦੇਵਾਂਗੇ ਦੱਸਦੀਏ ਕਿ ਪੰਜਾਬ ਪਰ ਦੇ ਵਿੱਚ ਮੀਂਹ ਕਾਰਨ 1.5 ਲੱਖ ਹੈਕਟੇਰ ਰਕਬੇ ਦੇ ਵਿੱਚ ਝੋਨੇ ਦੀ ਫਸਲ ਦਾ ਨੁਕਸਾਨ ਹੋ ਗਿਆ ਹੈ ਪੰਜਾਬ ਵਿੱਚ ਝੋਨੇ ਦੀ ਫਸਲ ਦਾ ਸਭ ਤੋਂ ਵੱਧ ਨੁਕਸਾਨ ਪਟਿਆਲਾ ਮਾਨਸਾ ਮੁਕਤਸਰ ਫਤਿਹਗੜ੍ਹ ਸਾਹਿਬ ਮੋਹਾਲੀ ਨਵਾਂ ਸ਼ਹਿਰ ਕਪੂਰਥਲਾ ਤਰਨਤਾਰਨ ਸੰਗਰੂਰ ਆਦਿ ਜ਼ਿਲ੍ਹਿਆਂ ਚ ਹੋਇਆ ਇਸ ਲਈ ਪਿਛਲੇ 5 ਨਣਾਤੋਂ ਪੈਰੇ ਮੀਂਹ ਦੇ ਕਾਰਨ ਕਿਸਾਨਾਂ ਵੱਲੋਂ ਮੰਡੀ ਵਿੱਚ ਭੇਜੀ ਜਾਣ ਵਾਲੀ ਖਾੜੀ ਫਸਲ ਨੂੰ ਪਾਣੀ ਨਾਲ ਤੋਹ ਦਿੱਤਾ ਤੇ ਕਿਸਾਨਾਂ ਦੀ ਮਿਹਨਤ ਬਰਬਾਦ ਹੋ ਗਈ ਹੈ। ਉਹਨਾਂ ਨੇ ਕਿਹਾ ਜੀ ਮੀਂਹ ਕਾਰਨ ਝੋਨੇ ਦੀ 50% ਤੋਂ ਵੱਧ ਫਸਲ ਬਰਬਾਦ ਹੋ ਗਈ ਇਸ ਕਾਰਨ ਮਾਲਵਾ ਖੇਤਰ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਕਿਉਂਕਿ ਝੋਨੇ ਦੀ ਸਭ ਤੋਂ ਵੱਧ ਪੈਦਾਵਾਰ ਮਾਲਵਾ ਖੇਤਰ ਵਿੱਚ ਹੁੰਦੀ ਹੈ। 1 ਅਕਤੂਬਰ ਤੋਂ ਬਦਲਣ ਜਾਣਗੇ ਕਿਹੜੇ-ਕਿਹੜੇ ਨਿਯਮ ਤੁਹਾਡੀ ਜੇਬ ਤੇ ਪਵੇਗਾ ਸਿੱਧਾ ਅਸਰ 1 ਅਕਤੂਬਰ ਤੋਂ ਸਰਕਾਰ ਵੱਲੋਂ ਕਈ ਵੱਡੇ ਬਦਲਾ ਕੀਤੇ ਜਾਣਗੇ ਜਿਸ ਦਾ ਅਸਰ ਤੁਹਾਡੀ ਜੇਬ ਤੇ ਪਵੇਗਾ ਜਿਸ ਵਿੱਚ ਛੂਟੀ ਬਚਤ ਸਕੀਮ ਤੋਂ ਲੈ ਕੇ ਗੈਸ ਸਿਲੰਡਰ ਦੀ ਕੀਮਤ ਤੱਕ ਕਈ ਬਦਲਾਅ ਸ਼ਾਮਲ ਨੇ ਇਸ ਤੋਂ ਬਾਅਦ 1 ਅਕਤੂਬਰ ਤੋਂ ਕਾਰਡ ਪੇਮੈਂਟ ਦੀ ਟੋਕਨਾਈਜੇਸ਼ਨ ਸਿਸਟਮ ਲਾਗੂ ਕੀਤਾ ਜਾਵੇਗਾ ਇੱਕ ਤਰੀਕ ਤੋਂ ਕਿਹੜੇ ਨਿਯਮ ਬਦਲਣਗੇ ਆਰਬੀਆਈ 1 ਅਕਤੂਬਰ ਤੋਂ ਕਾਰਡ ਆਨ ਆਫਲਾਈਨ ਟੋਕਨਾਈਜ਼ ਸਿਸਟਮ ਲਾਗੂ ਕਰਨ ਜਾ ਰਿਹਾ ਜੀ ਟੋਕਨਾਈਜ਼ ਸਿਸਟਮ 1 ਅਕਤੂਬਰ ਤੋਂ ਕਾਰਡ ਭੁਗਤਾਨਾਂ ਨਾਲ ਹੀ ਲਾਗੂ ਕੀਤਾ ਜਾਵੇਗਾ ਇਸ ਦੇ ਲਾਗੂ ਹੋਣ ਤੋਂ ਬਾਅਦ ਵਪਾਰੀ ਪੇਮੈਂਟ ਐਗਰੀਗੇਟਰ ਅਤੇ ਪੇਮੈਂਟ ਗੇਟਵੇ ਹੁਣ ਗਾਹਕ ਕਾਰਡ ਦੀ ਜਾਣਕਾਰੀ ਸਟੋਰ ਕਰਨ ਦੇ ਯੋਗ ਨਹੀਂ ਹੋਣਗੇ 1 ਅਕਤੂਬਰ ਤੋਂ ਅਟਲ ਪੈਨਸ਼ਨ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ ਆਮਦਨ ਕਰਦਾਤਾ ਸੀਐਮ ਭਗਵੰਤ ਮਾਨ ਦੇ ਦਿਵਾਲੇ ਹੋਏ ਪੰਜਾਬ ਪਰ ਤੇ ਪੰਜ ਸਰਪੰਚ ਕਾਰਡ ਕਰਨਗੇ ਵੱਡਾ ਐਕਸ਼ਨ ਪੰਜਾਬ ਦੇ ਪੰਜ ਸਰਪੰਚ ਭਗਵੰਤ ਮਾਨ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਜਾ ਰਹੇ ਨੇ ਪੰਚਾਇਤ ਯੂਨੀਅਨ ਪੰਜਾਬ ਦੇ ਗਵਾਈ ਹੇਠ ਰਾਜਪੁਰ ਦੇ ਪੰਚ ਸਰਪੰਚਾਂ ਨੇ 27 ਸਤੰਬਰ ਨੂੰ ਸੰਗਰੂਰ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੱਕ ਰਾਉ ਕਰਕੇ ਸੂਬਾ ਪਧਰੀ ਤਰਨਾ ਦੇਣ ਦਾ ਐਲਾਨ ਕੀਤਾ ਪੰਚਾਇਤ ਯੂਨੀਅਨ ਨੇ ਇਲਜ਼ਾਮ ਲਾਇਆ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਯੂਨੀਅਨ ਦੇ ਸੂਬਾ ਪ੍ਰਧਾਨ ਰਵਿੰਦਰ ਰਿੰਕੂ ਤੇ ਮਾਲਵਾ ਜ਼ੋਨ ਦੇ ਪ੍ਰਧਾਨ ਜਸਵੀਰ ਜੱਸੀ ਲੋਂਗੋ ਵਾਲੀਆਂ ਨੇ ਕਿਹਾ ਕਿ ਪੰਚਾਂ ਤੇ ਸਰਪੰਚਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਤੋਂ ਕਈ ਵਾਰ ਮਿਲਣ ਦਾ ਸਮਾਂ ਮੰਗਿਆ ਗਿਆ ਪਰ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਉਹਨਾਂ ਨੇ ਕਿਹਾ ਦੀ ਪੰਜਾਬ ਸਰਕਾਰ ਦੇ ਨਾਂ ਪੱਖੀ ਬਤੀਰੇਕਾਰ ਦੀ ਯੂਨੀਅਨ ਦੇ ਘਰਾਓ ਕਰਨ ਦੀ ਮਜਬੂਰ ਹੋਣਾ ਪੈ ਰਿਹਾ ਪੰਚਾਇਤ ਯੂਨੀਅਨ ਦੇ ਲੀਡਰਾਂ ਨੇ ਦੱਸਿਆ ਕਿ ਪੰਚਾਇਤਾਂ ਦੀਆਂ ਪ੍ਰਮੁੱਖ ਮੰਗਾਂ 'ਚ 3.5 ਸਾਲ ਦਾ ਮਾਨ ਪੱਤਾ ਜਾਰੀ ਕਰਵਾਉਣ ਤੇ ਬਲਾਕ ਪੱਧਰ ਤੇ ਐਸਡੀਓ ਦੀਆਂ ਸਾਮੀਆਂ ਪੂਰੀਆਂ ਕਰਵਾਉਣਾ ਆਦਿ ਸ਼ਾਮਲ ਹੈ ਭਾਰਤ ਨੇ ਕੈਨੇਡਾ ਦੇ ਵਿੱਚ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਲਈ ਐਡਵਾਈਜ਼ਰੀ ਕੀਤੀ ਜਾਰੀ ਭਾਰਤ ਨੇ ਕੈਨੇਡਾ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਉੱਥੇ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਉੱਥੇ ਵਧ ਰਹੇ ਅਪਰਾਧਾਂ ਤੇ ਭਾਰਤ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ ਚੌਕਸ ਰਹਿਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ ਉਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ ਦੇ ਅਧਿਕਾਰੀਆਂ ਨੇ ਇਸ ਘਟਨਾ ਨੂੰ ਕੈਨੇਡੀਅਨ ਅਧਿਕਾਰੀਆਂ ਦੇ ਕੋਲੇ ਉਠਾਇਆ ਉਹਨਾਂ ਨੇ ਇਹਨਾਂ ਮਾਮਲਿਆਂ 'ਚੋ ਜਾਂਚ ਕਰਨ ਦੀ ਅਪੀਲ ਕੀਤੀ ਕੈਨੇਡਾ ਦੇ ਵਿੱਚ ਨਫਰਤੀ ਅਤੇ ਸਮਪਰਦਾਇਕ ਹਿੰਸਾ ਤੇ ਭਾਰਤ ਵਿਰੋਧੀ ਗਤੀਵਿਧੀਆਂ ਦੀਆਂ ਘਟਨਾਵਾਂ ਵਿੱਚ ਤੇਜ਼ੀ ਦੇ ਨਾਲ ਹੋਇਆ ਵਾਧਾ ਵਿਦੇਸ਼ ਮੰਤਰਾਲੇ ਨੇ ਭਾਰਤ ਨੂੰ ਇਸ ਮਾਮਲੇ 'ਤੇ ਚੌਕਸ ਰਹਿਣ ਲਈ ਕਿਹਾ ਹੈ। ਸਿੱਖ ਆਫ ਅਮਰੀਕਾ ਦੇ ਵਫਦ ਨੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਕੀਤੀ ਮੁਲਾਕਾਤ, ਪੀਐਮ મોદી ਨੂੰ ਸੌਂਪਿਆ ਪੱਤਰ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਮਰੀਕਾ ਦੌਰੇ ਤੇ ਹਨ ਬੀਤੇ ਦਿਨ ਵਾਸ਼ਿੰਗਟਨ ਡੀਸੀ ਦੇ ਵਿੱਚ ਸਿੱਖ ਆਫ ਅਮਰੀਕਾ ਦੇ ਇੱਕ ਵਫਦ ਨੂੰ ਵਿਸ਼ੇਸ਼ ਤੌਰ ਤੇ ਮਿਲੇ ਇਸ ਵਕਤ ਦੇ ਚੇਅਰਮੈਨ ਜਸਦੀਪ ਜੱਸੀ ਪ੍ਰਧਾਨ ਕਮਲਜੀਤ ਸੋਨੀ ਮੀਤ ਪ੍ਰਧਾਨ ਬਲਜਿੰਦਰ ਸ਼ਮੀ ਆਦ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਭਾਰਤ ਨੂੰ ਬਣਾਇਆ ਜਾਵੇਗਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਰੂਸ ਨੇ ਦਿੱਤਾ ਸਮਰਥਨ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਰੂਸ ਨੇ ਇੱਕ ਵਾਰ ਫਿਰ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਬਣਨ ਲਈ ਸਮਰਥਨ ਕੀਤਾ ਹੈ ਰੂਸ ਦੇ ਵਿਦੇਸ਼ ਮੰਤਰੀ ਸਰ ਗਈ ਲਾਵ ਰੋਬ ਨੇ ਕਿਹਾ ਕਿ ਅਸੀਂ ਅਫਰੀਕਾ, ਏਸ਼ੀਆ ਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਦੀ ਨੁਮਾਇੰਦਗੀ ਰਾਹੀਂ ਸੁਰੱਖਿਆ ਪਰਿਸ਼ਦ ਦੇ ਹੋਰ ਲੋਕਤੰਤਰੀਕਰਨ ਕਰਨ ਦੀ ਸੰਭਾਵਨਾ ਦੇਖਦੇ ਹਾਂ ਖਾਸ ਤੌਰ ਤੇ ਭਾਰਤ ਅਤੇ ਬ੍ਰਾਜ਼ੀਲ ਨੂੰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਮੈਂਬਰਾਂ ਦੇ ਰੂਪ ਵਿੱਚ ਸਥਾਨ ਮਿਲਣਾ ਚਾਹੀਦਾ ਹੈ। ਰੇਤ ਮਾਈਨਿੰਗ ਤੇ ਕੈਬਨਿਟ ਮੰਤਰੀ ਗੁਲਦੀਪ ਤਾਲੀਵਾਲਤਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਜੀ ਮੰਤਰੀ ਤਾਲੀਵਾਲ ਨੇ ਕਿਹਾ ਕਿ ਰੇਤ ਮਾਈਨਿੰਗ ਦੇ ਮਾਮਲੇ ਤੇ ਲੈ ਕੇ ਪੰਜਾਬ ਸਰਕਾਰ ਗੰਭੀਰਤਾ ਇਸ ਮਾਮਲੇ ਨੂੰ ਬਹੁਤ ਜਲਦ ਹੱਲ ਕੀਤਾ ਜਾ ਰਿਹਾ ਜਿਸ ਦੇ ਤਹਿਤ 1 ਅਕਤੂਬਰ ਤੋਂ ਸੂਬੇ ਵਿੱਚ ਇਲੈਗਲ ਮਾਈਨਿੰਗ ਸ਼ੁਰੂ ਕਰ ਦਿੱਤੀ ਜਾਵੇਗੀ ਕੈਬਨਟ ਮੰਤਰੀ ਕੁਲਦੀਪ ਤਾਲੀਵਾਲ ਹਲਕਾ ਅਦਨਾਲਾ ਦੇ ਵੱਖ-ਵੱਖ ਪਿੰਡਾਂ ਦਾ ਧੰਨਵਾਦੀ ਦੌਰਾ ਕੀਤਾ ਉਹਨਾਂ ਨੇ ਜਿਸ ਦੇ ਤਹਿਤ ਉਹ ਗੋਲਡਨ ਕਲੋਨੀ ਨਵਾਂ ਪਿੰਡ ਪਹੁੰਚੇ ਸਮੁੱਚੇ ਕੁਲਦੀਪ ਤਾਲੀਵਾਲ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਿਛਲੀ ਕਾਂਗਰਸ ਸਰਕਾਰ ਦੇ ਮੰਤਰੀਆਂ ਨੂੰ ਲੰਮੇ ਹੱਥੀ ਲਿਆ ਉਹਨਾਂ ਨੇ ਕਿਹਾ ਪਿਛਲੀ ਸਰਕਾਰ ਦੇ ਵੱਲੋਂ ਵੱਡੇ ਕਪਲੇ ਕੀਤੇ ਗਏ ਨੇ ਤਾਂਕਿ ਕਈ ਪਿੰਡਾਂ ਦੇ ਤੱਕ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਕਿ ਪਰ ਜ਼ਮੀਨੀ ਹਕੀਕਤ 'ਚ ਪਿੰਡਾਂ ਦੇ ਪੈਸੇ ਵਿਕਾਸ ਤੇ ਨਹੀਂ ਲੱਗੇ। ਅਮਰਤਪਾਲ ਸਿੰਘ ਕੌਣ ਹਨ ਜੋ ਦੀਪ ਸਿੱਧੂ ਦੀ ਜਥੇਬੰਦੀ ਦੇ ਮੁਖੀ ਬਣਾਏ ਜਾ ਸਕਦੇ ਨੇ ਪੰਜਾਬ ਦੀ ਸਿਆਸਤ 'ਚ ਪਿਛਲੇ ਕੁਝ ਹਫ਼ਤਿਆਂ ਤੋਂ ਇੱਕ ਨਾਮ ਚਰਚਾ ਦੇ ਵਿੱਚ ਹੈ ਅਮਰਤਪਾਲ ਸਿੰਘ ਜੋ ਕਿ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸੱਧੂ ਵੱਲੋਂ ਬਣਾਈ ਗਈ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਵੇਂ ਮੁਕੇ ਬਣਾਏ ਜਾ ਰਹੇ ਹਨ ਅਮਰਤਪਾਲ ਦੀ ਵਾਰਸ ਪੰਜਾਬ ਦੇ ਵਜੋਂ ਮੁੱਖੀ ਦਸਤਾਰਬੰਦੀ ਦੀ ਪਹਿਲੀ ਵਾਰੇ ਗੰਢ ਮੌਕੇ 29 ਸਤੰਬਰ ਨੂੰ ਕੀਤੀ ਜਾ ਰਹੀ ਆ ਇਸ ਦਸਤਾਰਬੰਦੀ ਦਾ ਪ੍ਰੋਗਰਾਮ ਪੋਸਟਰ ਵਾਰਸ ਪੰਜਾਬ ਦੇ ਜਥੇਬੰਦੀ ਇੰਸਟਾਗ੍ਰਾਮ ਹੈਂਡਲ ਤੇ ਉੱਪਰ ਹੈ ਦਰਅਸਲ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਪਿੰਡਰਾਵਾਲੇ ਦਾ ਜਨਮ ਦਿਨ ਹੈ ਤੇ ਅਮਰਤਪਾਲ ਸਿੰਘ ਆਪਣੇ ਬਾਰੇ ਕਹਿੰਦੇ ਹਨ ਚਾਹੇ ਤਮ ਕੋਈ ਮੈਨੂੰ ਛੋਟਾ ਭਰਾ ਮੰਨ ਸਕਦਾ ਜਾਂ ਵੱਡਾ ਮੇਰੀ ਉਮਰ ਵੀ ਇੰਨੀ ਕੁ ਹੈ ਅਮਰਿਤਪਾਲ ਸਿੰਘ ਆਪ ਕੋਈ ਨਹੀਂ ਐਸ ਸੰਘਰਸ਼ ਦੇ ਰਾਹ ਉੱਤੇ ਬੰਦੇ ਆਏ ਤੇ ਬੰਦੇ ਗਏ ਅਮਰਿਤਪਾਲ ਸਿੰਘ ਉਹਨਾਂ ਦੇ ਵਿੱਚੋਂ ਇੱਕ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਨਮ ਅਤੇ ਪਾਲਣ-ਪੋਸ਼ਣ ਅਮਰਤਸਰ ਦੇ ਜੱਦੂ ਖੇੜਾ ਪਿੰਡ ਦੇ ਵਿੱਚ ਹੋਇਆ ਹੈ। ਇੱਕ ਇੰਟਰਵਿਊ ਦੇ ਮੁਤਾਬਕ ਉਹਨਾਂ ਨੇ ਦਾਅਵਾ ਕੀਤਾ ਕਿ ਦੁਬਈ ਦੇ ਵਿੱਚ ਰਹਿਣ ਦੌਰਾਨ ਉਹਨਾਂ ਨੇ ਉੱਥੋਂ ਦੀਆਂ ਮਸ਼ਹੂਰ ਇਮਾਰਤਾਂ ਜਿਨ੍ਹਾਂ ਨੂੰ ਦੇਖਣ ਦੂਰੋਂ ਦੂਰੋਂ ਲੋਕ ਆਉਂਦੇ ਹਨ ਉਹ ਨਹੀਂ ਦੇਖੀਆਂ ਪੜਨ ਬਾਰੇ ਦੱਸਦੇ ਨੇ ਕਿ ਸਕੂਲ ਦੌਰਾਨ ਪੜਾਈ ਵਿੱਚ ਦਿਲਚਸਪੀ ਨਹੀਂ ਸੀ ਉਸ ਤੋਂ ਬਾਅਦ ਦੁਬਈ ਚਲੇ ਗਏ ਫਿਰ ਵਕਤ ਹੀ ਨਹੀਂ ਮਿਲਿਆ। ਉਹ ਕਹਿੰਦੇ ਨੇ ਕਿ ਉਹਨਾਂ ਨੂੰ ਪੜਨ ਨਾਲੋਂ ਜ਼ਿਆਦਾ ਸੁਣਨ ਦਾ ਸ਼ੌਂਕ ਹੈ ਪੌਡਕਾਸਟ ਵਗੈਰਾ ਸੁਣਦੇ ਨੇ ਜਗਦੀਸ਼ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਬਠਿੰਡਾ ਚੰਡੀਗੜ੍ਹ ਹਾਈਵੇ ਜਾਮ ਕਰਨਾਟਕ ਦੇ ਵਿੱਚ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਡੱਲੇਵਾਲ ਨੂੰ ਹਿਰਾਸਤ ਦੇ ਵਿੱਚ ਲਏ ਜਾਣ ਤੋਂ ਬਾਅਦ ਕਿਸਾਨਾਂ ਨੇ ਬਠਿੰਡਾ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ ਬਠਿੰਡਾ ਦੇ ਕੋਟ ਸ਼ਮੀਰ ਵਿੱਚ ਕਿਸਾਨਾਂ ਵੱਲੋਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਜਿਸ ਕਾਰਨ ਸੜਕਾਂ ਤੇ ਵਾਹਨਾਂ ਦਾ ਲੰਮਾ ਜਮ ਲੱਗ ਗਿਆ ਰਾਗੀਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਕਰਨਾਟਕ ਸਰਕਾਰ ਵੱਲੋਂ ਜਗਦੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਿਸ ਨੂੰ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਡੱਲੇਵਾਲ ਨੂੰ ਨਹੀਂ ਛੱਡਿਆ ਜਾਂਦਾ ਉਦੋਂ ਤੱਕ ਪੰਜਾਬ ਦੀਆਂ ਸੜਕਾਂ ਮਿੱਥੇ ਸਮੇਂ ਲਈ ਜਾਮ ਰਹਿਣਗੀਆਂ ਤੇ ਸਿੱਧਾ ਕਰਨਾਟਕ ਸਰਕਾਰ ਜ਼ਿੰਮੇਵਾਰ ਹੋਵੇਗੀ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਉਹਨਾਂ ਖਿਲਾਫ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇ ਕ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਚਰਚਾ ਵਿੱਚ ਹੁਣ ਮੁੱਖ ਮੰਤਰੀ ਖੱਟੜ ਦਾ ਵੱਡਾ ਬਿਆਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਕਿਹਾ ਕਿ ਸੂਬਾ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਜਲਦੀ ਹੀ ਇੱਕ ਕਮਿਸ਼ਨ ਜਾਂ ਅਥਾਰਟੀ ਬਣਾਈ ਜਾਵੇਗੀ ਖੱਟੜ ਨੇ ਕਿਹਾ ਪਹਿਲਾਂ ਸਿਰਫ 4-5 ਇਤਿਹਾਸ ਸੇ ਗੁਰਦੁਆਰੇ ਐਚ ਐਸ ਜੀ ਪੀ ਸੀ ਦੇ ਅਧੀਨ ਸਨ ਪਰ ਹੁਣ 52 ਦੇ 52 ਗੁਰਦੁਆਰੇ ਐਸ ਐਚ ਐਸ ਜੀ ਪੀ ਸੀ ਦੇ ਅਧੀਨ ਇਹਨਾਂ ਸਮਾਜ ਦੀ ਸੇਵਾ ਕਰਨਗੇ ਸਾਰੇ ਗੁਰਦੁਆਰਿਆਂ ਦੀ ਆਪਣੀ ਕਮੇਟੀ ਹੋਵੇਗੀ ਪਰ ਉਹ ਐਚ ਐਸ ਜੀ ਪੀ ਸੀ ਦੀ ਦੇਖਰੇਖ ਦੇ ਵਿੱਚ ਸਮਾਜਿਕ ਕੰਮ ਕਰਨਗੇ ਜੇਲ੍ਹ ਦੇ ਵਿੱਚ ਬੰਦ ਨਵਜੂਤ ਸਿੱਧੂ ਨੇ ਰੱਖਿਆ ਮੂਨ ਵਰਤ ਨਵਰਾਤਿਆਂ ਦੇ ਚੱਲਦਿਆਂ ਮੂਨ ਵਰਤ ਰੱਖਿਆ ਤੇ ਦੁਸਹਿਰੇ ਵਾਲੇ ਦਿਨ ਤੋੜਨਗੇ 10 ਦੀ ਇਸ ਸਮੇਂ ਸਿੱਧੂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਇਸ ਬੰਦੀ ਜਾਣਕਾਰੀ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਨਵਜੋਤ ਸਿੱਧੂ ਦੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਦਿੱਤੀ ਐਚਐਸ ਜੀਪੀਸੀ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ ਕਿ ਹ ਤਿੰਨੋਂ ਪਾਰਟੀਆਂ ਨੇ ਰਚੀ ਅਸਰਜ ਹਰਿਆਣਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਨੂੰ ਲੈ ਕੇ ਚੱਲ ਰਹੇ ਵਿਵਾਦ ਉੱਤੇ ਸ਼ਰੋਮਣੀ ਆਕਾਲੀ ਦਲ ਦੇ ਪ੍ਰਧਾਨ ਅਤੇ ਐਸਜੀਪੀਸੀ ਨੇ ਗੁਰਦੁਆਰਾ ਆਲਮਗੀਰ ਵਿੱਚ ਬੈਠ ਕੇ ਦੀ ਬੈਠਕ ਤੋਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਦੀ ਮਿਲੀ ਜੁਲੀ ਸ਼ਾਜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਬੈਠਕ ਦੇ ਵਿੱਚ ਮਤਾ ਪਾਸ ਕੀਤਾ ਗਿਆ ਐਸਡੀਪੀਸੀ ਨੇ ਸ਼੍ਰੋਮਣੀ ਅਕਾਲੀ ਦਲ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਹੀਂ ਮੰਨੇਗੀ ਤੇ ਇਸ ਦੇ ਖਿਲਾਫ ਇੱਕ ਸੰਘਰਸ਼ ਨੂੰ ਸਾਂਝੇ ਤੌਰ ਉਤੇ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਤਿੰਨੇ ਪਾਰਟੀਆਂ ਵੱਲੋਂ ਉਹ ਸਾਂਝੇ ਤੌਰ ਤੇ 사ਜਿਸ਼ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਸੁਖਬੀਰ ਬਾਦਲ ਲਗਾਹਣਾ ਕਿ ਪੰਥ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਆ ਪਾਕਿਸਤਾਨ ਦੇ ਵਿੱਚ ਸਿੱਖ ਨੌਜਵਾਨ ਨੂੰ ਮਿਲਿਆ ਸਨਮਾਨ ਆਕਾਸ਼ ਸਿੰਘ ਬਣਿਆ ਕਸਟਮ ਅਧਿਕਾਰੀ ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਤੋਂ ਗਰੀਬਕਰ ਦੇ ਵਿੱਚ ਉੱਠ ਕੇ ਉੱਚ ਪਦਰੀ ਪੜਾਈ ਲਿਖਾਈ ਕਰਦਿਆਂ ਨੌਜਵਾਨ ਆਕਾਸ਼ ਸਿੰਘ ਨੇ ਪਾਕਿਸਤਾਨ ਕਸਟਮ ਵਿੱਚ ਉੱਚ ਅਧਿਕਾਰੀ ਨੁਕਤ ਹੋ ਕੇ ਦੁਨੀਆ ਪਾਰ ਦੇ ਸਿੱਖਾਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਪਾਕਿਸਤਾਨ ਕਸਟਮ ਦੇ ਵਿੱਚ ਨਿਯੁਕਤ ਹੋਏ ਅਫਸਰ ਆਕਾਸ਼ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਿੱਖ ਗੁਰੂ ਸਹਿਬਾਨਾਂ ਦਾ ਸ਼ੁਕਰਗੁਜ਼ਾਰ ਹੈ ਤੇ ਜਿਨ੍ਹਾਂ ਨੇ ਉਸਦੇ ਸਿਰ ਉੱਤੇ ਹੱਥ ਰੱਖਿਆ ਤੇ ਪਾਕ ਕਸਟਮ ਵਿੱਚ ਸੇਵਾ ਕਰਨ ਦਾ ਉਸ ਨੂੰ ਵੱਡਾ ਬਲ ਮੌਕਾ ਮਿਲਿਆ ਹੈ ਆਕਾਸ਼ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ ਸ ਮਹਿਜ 28 ਸਾਲ ਹੈ ਉਸਦੇ ਪਿਤਾ ਦਾ ਨਾਮ ਗੋਬਿੰਦ ਸਿੰਘ ਤੇ ਮਾਤਾ ਦਾ ਨਾਮ ਮੀਰੀ ਕੌਰ ਹੈ ਫਿਰੋਜ਼ਪੁਰ ਦੇ ਵਿੱਚ ਸਤਲੁਜ ਤੇ ਵਹਾਰ ਨਾਲ ਭੇਜੀ 7 ਕਰੋੜ ਦੀ ਹਰੈਨ ਬੀਐਸਐਫ ਨੇ ਕੀਤੀ ਬਰਾਮਦ ਸੋ ਪਾਕਿਸਤਾਨ ਦੇ ਵਿੱਚ ਬੈਠੇ ਨਸ਼ਾ ਤਸਕਰ ਦੀ ਇੱਕ ਹੋਰ ਨਾਪਾਕ ਯੋਜਨਾ ਨੂੰ ਭਾਰਤ-ਪਾਕਿਸਤਾਨ ਸਰਹੱਦ ਤੇ ਤਾਇਨਾਤ ਬੀਐਸਐਫ ਜਵਾਨਾਂ ਨੇ ਮਿੱਟੀ ਜੁਮਲਾ ਦਿੱਤਾ ਤਸਕਰਾਂ ਨੇ ਸਤਲੁਜ ਦਰਿਆ ਦੇ ਪਾਣੀ ਦੇ ਨਾਲ ਹਰੈਨ ਦੀ ਖੇਪ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਜਵਾਨਾਂ ਨੇ ਬਰਾਮਦ ਕਰ ਲਿਆ ਦੂਜੇ ਪਾਸੇ ਅੰਮ੍ਰਿਤਸਰ ਸਰਹੱਦ ਦੇ ਲਗਾਤਾਰ ਦੋਸਰੇ ਦਿਨ ਡਰੋਨ ਦੀ ਆਵਾਜ਼ ਹੀ ਦੇਖਣ ਨੂੰ ਮਿਲੀ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੋ ਰਹੀਆਂ ਦੀ ਪਰਿਵੋਤ ਲਸਤਲਸ ਦੇ ਪਾਣੀ ਦੇ ਵਹਾਅ ਨਾਲ ਵਹਿ ਕੇ ਜੰਗਲੀ ਬੂਟਿਆਂ ਦੇ ਬਣ ਕੇ ਭੇਜੀ ਗਈ ਫਿਰੋਜ਼ਪੁਰ ਸੈਕਟਰ ਜੁਤਨਾਏ ਤਬੀਅਸਫ ਦੇ ਜਵਾਨਾਂ ਨੇ ਉਸ ਨੂੰ ਬਰਾਮਦ ਕਰ ਲਿਆ ਸਕੂਲ ਚ ਗੋਲੀਬਾਰੀ ਕਾਰਨ 7 ਬੱਚਾ ਸਮੇਤ 13 ਲੋਕਾਂ ਦੀ ਮੌਤ ਹਮਲਾਵਾਰ ਨੇ ਕੀਤੀ ਖੁਦਕੁਸ਼ੀ ਰੂਸਤੇ ਵਿੱਚ ਇੱਕ ਸਕੂਲ ਦੇ ਵਿੱਚ ਜ਼ਬਰਦਸਤ ਗੋਲੀਬਾਰੀ ਹੋਈ ਹੈ ਗੋਲੀਬਾਰੀ ਵਿੱਚ ਤਿੰਨ ਬੱਚੇ ਮਾਰੇ ਗਏ ਨੇ 20 ਤੋਂ ਵੱਧ ਜ਼ਖਮੀ ਹੋਏ ਨੇ ਮਰਨ ਵਾਲਿਆਂ ਦੇ ਵਿੱਚ ਸੱਤ ਬੱਚੇ ਸ਼ਾਮਲ ਨੇ ਕਰਮ ਮੰਤਰੀ ਨੇ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਜਾਣਕਾਰੀ ਦੇ ਮੁਤਾਬਕ ਅਣਪਛਾਤੇ ਬੰਦੂਕਧਾਰੀ ਨੇ ਸਕੂਲ ਦੇ ਵਿੱਚ ਦਾਖਲ ਹੋ ਕੇ ਅਚਾਨਕ ਗੋਲੀਆਂ ਚਲਾ ਦਿੱਤੀਆਂ ਬੰਦੂਕਧਾਰੀ ਨੇ ਸੁਰੱਖਿਆ ਗਾਰਡ ਦੀ ਵੀ ਹੱਤਿਆ ਕਰ ਦਿੱਤੀ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਮਰਨ ਵਾਲਿਆਂ ਦੇ ਵਿੱਚ ਸੱਤ ਬੱਚੇ ਦੋ ਅਧਿਆਪਕਾਂ ਨੇ 13 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਤਿਹਾਰਾਂ ਦੇ ਸੀਜ਼ਨ ਵਿੱਚ ਮਲਾਬਟੀ ਖਾਣ ਪੀਂਦੀਆਂ ਵਸਤੂਆਂ ਵੇਚਣ ਵਾਲਿਆਂ ਤੇ ਸਕੰਜਾ ਕੱਸਣ ਦੀ ਤਿਆਰੀ ਫੂਡ ਸੇਫਟੀ ਵਿਭਾਗ ਦੇ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਜੀ ਪੰਜਾਬ ਦੇ ਵਿੱਚ ਇੱਕ ਪਾਸੇ ਪਸ਼ੂਆਂ ਦੇ ਵਿੱਚ ਲੰਪੀ ਸਕਿਨ ਬਿਮਾਰੀ ਕਾਰਨ ਦੁੱਧ ਦਾ ਸੰਕਟ ਬਣਿਆ ਉੱਥੇ ਹੀ ਨਕਲੀ ਦੁੱਧ ਦਾ ਵੀ ਬਹੁਤ ਵਿਕ ਰਿਹਾ ਤੇ ਫੂਡ ਸੇਫਟੀ ਵਿੰਗ ਵੱਲੋਂ ਲੈ ਕੇ ਦੁੱਧ ਦੇ ਸੈਂਪਲ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਅਗਸਤ ਵਿੱਚ ਦੁੱਧ ਦੇ 278 ਸੈਂਪਲ ਮਾਨਤਾ ਤੇ ਪੂਰੇ ਨਹੀਂ ਉਤਰੇ ਜਾਣੀ ਕਿ ਮਿਲਾਵਟੀ ਦੁੱਧ ਸੀ ਵਿਭਾਗ ਵੱਲੋਂ ਕੁੱਲ ਦੁੱਧ ਦੇ 676 ਸੈਂਪਲ ਲਏ ਗਏ ਨੇ। ਭਗਵੰਤ ਮਾਨ ਦਿੱਲੀ ਮਾਡਲ ਮੁਤਾਬਕ ਕਿਸਾਨਾਂ ਨੂੰ ਦੇਣਗੇ 50000 ਰੁਪਏ ਪ੍ਰਤੀ ਏਕੜ ਮਾਪਦਾਂ ਖੇਹਰਾ ਨੇ ਬੋਲੇ ਹੋਣ ਬਦਲਾਵ ਦਾ ਟੈਸਟ। ਪੰਜਾਬ ਦੇ ਵਿੱਚ ਬੇਮੌਸਮੀ ਬਾਰਿਸ਼ ਦੇ ਤਬਾਹੀ ਮਚਾਈਆ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਗਰਦਾਵਰੀ ਕਰਕੇ ਮਾਪਦਾਂ ਦਿੱਤਾ ਜਾਵੇਗਾ ਉਧਰ ਕਾਂਗਰਸੀ ਵਿਧਾਇਕ ਸੁਖਪਾਲ ਖੈਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੇਰਿਆ ਉਹਨਾਂ ਨੇ ਕਿਹਾ ਜੀ 50000 ਪ੍ਰਤੀ ਏਕੜ ਮਾਪਜ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਜੀ ਡੇਢ ਲੱਖ ਹੈਕਟਰ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਪਰ ਭਾਈ ਲਈ ਦਿੱਲੀ ਮਾਡਲ ਲਾਗੂ ਕਰਨਾ ਚਾਹੀਦਾ ਹੈ ਝੋਨਾ ਤੋਂ ਪਹਿਲਾਂ ਗੇਜਰੀਵਾਲ ਦੁਆਰਾ ਕੀਤੇ ਗਏ ਸੁਆਮੀਨਾਥਨ ਫਾਰਮੂਲੇ ਦੇ ਅਨੁਸਾਰ 50000 ਪ੍ਰਤੀ ਏਕੜ ਮਾਪਜ ਦੇਣ ਦੀ ਅਪੀਲ ਹੈ ਅਸੀਂ ਨਾਮਿਤ ਤਜਰਬੇ ਕਰਦੇ ਹੋਰ ਪਾਰਟੀਆਂ ਚੋਂ ਕੱਢੇ ਵਿਅਕਤੀਆਂ ਨੂੰ ਨਹੀਂ ਲੈਂਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜੀ ਅਸੀਂ ਨਵੇਂ ਤਜਰਬੇ ਕਰਦੇ ਆਂ ਹੋਰ ਪਾਰਟੀਆਂ ਦੇ ਵਿੱਚੋਂ ਕੱਢੇ ਹੋਏ ਮੰਤਰੀਆਂ ਨੂੰ ਲੈ ਲੈਂਦੇ ਐਤਵਾਰ ਨੂੰ ਗੁਜਰਾਤ ਦੇ ਵਿੱਚ ਸੰਬੋਧਨ ਕਰਦੇ ਉਹਨਾਂ ਨੇ ਕਿਹਾ ਜੀ ਪੰਜਾਬ ਦੀ 92 ਵਿਧਾਇਕਾਂ ਦੀ ਟੀਮ ਵਿੱਚੋਂ 82 ਪਹਿਲੀ ਵਾਰ ਬਣੇ ਨੇ ਹਿਸਾਮ ਆਮ ਆਦਮੀ ਪਾਰਟੀ ਦੇ ਵਿੱਚੋਂ ਸੰਭਵ ਹੈ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅੰਦਾਜ਼ ਤੇ ਵਿੱਚ ਭਾਜਪਾ ਤੇ ਹਮਲਾ ਬੋਲਿਆ ਮਾਨ ਨੇ ਕਿਹਾ ਕਿ ਭਾਜਪਾ ਜਿੱਥੇ ਚੋਣਾਂ ਰਾਹੀਂ ਸਰਕਾਰ ਨਹੀਂ ਬਣਾ ਸਕੀ ਉੱਥੇ ਜਿਮਣੀ ਚੋਣਾ ਕਰਕੇ ਸਰਕਾਰ ਬਣੀਆ ਮਾਨ ਨੇ ਕਿਹਾ ਜੀ ਆਮ ਆਦਮੀ ਪਾਰਟੀ ਹਰ ਚੀਜ਼ ਤੇ ਟੈਕਸ ਅਦਾ ਕਰਦਾ ਜੇਕਰ ਉਹ ਪੱਕੇ ហេਟਾ ਸੌਂਦਾ ਤਾਂ ਉਹ ਪੱਕੇ ਦਾ ਵੀ ਟੈਕਸ ਅਦਾ ਕਰਦਾ ਹੈ ਖਜ਼ਾਨਾ ਖਾਲੀ ਕਿਵੇਂ ਹੋ ਸਕਦਾ ਮਾਨ ਨੇ ਕਿਹਾ ਜੀ ਨਿੱਤਾਵਾਂ ਦੇ ਖਜ਼ਾਨੇ ਖਾਲੀ ਨਹੀਂ ਹੁੰਦੇ ਲੋਕਾਂ ਲਈ ਖਾਂਦਾਨੇ ਖਾਲੀ ਹੋ ਜਾਂਦੇ ਨੇ ਸੂਬੇ ਦੇ ਵਿੱਚ ਵਿਸ਼ਾ ਟਰੈਵਲ ਏਜੰਟਾਂ ਦਾ ਜਾਲ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੀ ਆੜ ਵਿੱਚ ਚੱਲ ਰਹੀ ਠੱਗੀ ਦੀ ਮੋਟੀ ਗੇਮ ਹੈ ਜਲੰਧਰ ਦੀ ਕਮਿਸ਼ਨਰੇਟ ਪੁਲਿਸ ਨੇ ਵੱਡਾ ਐਕਸ਼ਨ ਕਰਦਾ ਜੇ ਸ਼ਹਿਰ ਦੇ 18 ट्रैवल ਕਾਰੋਬਾਰੀਆਂ ਦੇ ਖਿਲਾਫ ਇਕੱਠੇ ਮਾਮਲੇ ਦਰਜ ਕੀਤੇ ਨੇ ਪੁਲਿਸ ਦੀ ਸਖਤ ਕਾਰਵਾਈ ਨੂੰ ਵੇਖਦਿਆਂ ਪੂਰੇ ਸੂਬੇ ਦੇ ट्रैवल ਏਜੰਟਾ ਦੇ ਵਿੱਚ ਹੜਕੰਪ ਮਚ ਗਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਦੇ ਖੌਫ ਕਾਰਨ ਕਈ ट्रैवल ਕਾਰੋਬਾਰੀ ਤਾਂ ਮਾਮਲੇ ਦਰਜ ਹੋਉਣ ਦੀ ਸੂਚਨਾ ਮਿਲਦੇ ਹੀ ਸ਼ਹਿਰ ਛੱਡ ਕੇ ਭੱਜ ਗਏ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਖਤਮ ਹੋ ਚੁੱਕੀ ਹੈ ਜੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦਾ ਰਸਤਾ ਸਾਫ਼ ਹੋਣ ਤੋਂ ਬਾਅਦ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਹੀ ਪੰਜਾਬ ਕੈਬਨਿਟ ਦੀ ਬੈਠਕ ਖਤਮ ਹੋ ਚੁੱਕੀ ਹੈ ਦੱਸਦੀ ਹੈ ਬੀਤੇ ਦਿਨੀ ਪੰਜਾਬ ਸਰਕਾਰ ਦੁਆਰਾ ਬੁਲਾਏ ਗਏ ਵਿਸ਼ੇਸ਼ اجلاس ਨੂੰ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਮਨਜ਼ੂਰੀ ਦਿੱਤੀ ਹੈ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੀ ਮਨਜ਼ੂਰੀ ਤੋਂ ਬਾਅਦ 27 ਸਤੰਬਰ ਨੂੰ 11 ਵਜੇ ਪੰਜਾਬ ਸਰਕਾਰ ਦਾ ਵਿਸ਼ੇਸ਼ ਸੈਸ਼ਨ ਹੋਵੇਗਾ ਰਾਜਪਾਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ 27 ਸਤੰਬਰ ਨੂੰ ਸੱਦੇ ਗਏ ਵਿਧਾਨ ਸਭਾ ਦੇ ਸੈਸ਼ਨ ਸੰਬੰਧੀ ਜਾਣਕਾਰੀ ਮੰਗੀ ਇਸ ਸੰਬੰਧੀ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ 27 ਸਤੰਬਰ ਨੂੰ ਬੁਲਾਏ ਜਾਣ ਵਾਲੇ ਸੈਸ਼ਨ ਦੇ ਏਜੰਡੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਕੈਬਨਿਟ ਮੰਤਰੀ ਅਮਨ ਰੋੜਾ ਦਾ ਵੀ ਵੱਡਾ ਬਿਆਨ ਆਇਆ ਤੇ ਪੰਜਾਬ ਸਰਕਾਰ ਨੇ ਵਿਸ਼ੇਸ਼ ਅਸੰਤਾਨ ਵਿਰੋਧੀ ਪਾਰਟੀਆਂ ਨੇ ਵੀ ਸਰਕਾਰ ਨੂੰ ਕੇਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਸਿੱਖਿਆ ਵਿਭਾਗ ਦੇ ਹੁਕਮ ਵਿਦੇਚਾ ਕੇ ਛੁੱਟੀ ਨਹੀਂ ਵਧਾ ਸਕਦੇ ਕਰਮਚਾਰੀ ਅਫਗਾਨਿਸਤਾਨ ਤੋਂ 55 ਸਿੱਖਾਂ ਤੇ ਹਿੰਦੂਆਂ ਨੂੰ ਆਖਰੀ ਜਥਾ ਪਹੁੰਚਿਆ ਦਿੱਲੀ ਐਮਪੀ ਵਿਕਰਮਜੀਤ ਸੁਹਾਣੀ ਨੇ ਕੀਤਾ ਸਵਾਗਤ ਸੋ ਦੋਸਤੋ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਜੀਰਾ ਦੇ ਵਿੱਚ ਸ਼ਰਾਫ ਫੈਕਟਰੀ ਬੰਦ ਕਰਵਾਉਣ ਲਈ ਡਟਿਆ ਸੰਜਾ ਮੋਰਚਾ ਖਰਾਬ ਕਾਰਨ ਕਰ ਰਹੀ ਪਿੰਡਾਂ ਦਾ ਪਾਣੀ ਸੋ ਇਹ ਵੀ ਵੱਡੀ ਖਬਰ ਹੈ ਜੀ ਇਸ ਸੰਬੰਧੀ ਜਾਣਕਾਰੀ ਦੰਦਿਆਂ ਆਗੂਆਂ ਨੇ ਦੱਸਿਆ ਕਿ ਜੀਰਾ ਦੇ ਪਿੰਡ ਮਨਸੂਰਵਾਲ ਕਲਾ ਵਿੱਚ ਸਥਿਤ ਮਾਲਬੋਰਸ ਸ਼ਰਾਬ ਫੈਕਟਰੀ ਦੇ ਗੰੰਦੇ ਪਾਣੀ ਕਰਨਾ ਆਸ-ਪਾਸ ਦੇ ਪਿੰਡਾਂ ਦਾ ਪਾਣੀ ਖਰਾਬ ਹੋ ਚੁੱਕਾ ਹੈ 3 ਅਕਤੂਬਰ ਨੂੰ ਪੰਜਾਬ ਦੇ ਵਿੱਚ ਕਿਸਾਨ ਰੋਕਣਗੇ ਰੇਲਾਂ ਬਿਜਲੀ ਵੰਡ ਦੇ ਨਵੇਂ ਨਿਯਮਾਂ ਦੇ ਵਿਰੋਧ ਵਿੱਚ ਘਟੀਆਂ ਖਾਣ ਵਾਲੀਆਂ ਚੀਜ਼ਾਂ ਦੀ ਵਿਕਰੀ ਤੇ ਭਗਵੰਤ ਮਾਨ ਸਰਕਾਰ ਦੀ ਬਾਜ਼ ਆਖਾ ਦੀ ਮਲਾਵਟ ਖੋਰੀ ਦੇ ਖਿਲਾਫ ਸਖਤ ਸਿਕੰਜਾ ਅਮਰੀਕੀ ਸਿੱਖਾਂ ਨੇ ਚੁੱਕਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੰਡੀਗੜ੍ਹ ਦੇ ਵੱਲ ਸੋਚ ਸਮਝ ਕੇ ਹੋਣਾ ਪੁਲਿਸ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਿਆ ਜੀ ਸੈਕਟਰ 51 52 ਦੇ ਡਿਵਾਈਡਰਿੰਗ ਬਟੋਰਡ ਨੂੰ ਮਟਰ ਬੈਰੀਅਰ ਤੱਕ ਬੰਦ ਕਰ ਦਿੱਤਾ ਗਿਆ ਜੀ 51 ਪਹੁੰਚਾ ਲਾਈਟ ਪੁਆਇੰਟ ਤੋਂ ਟ੍ਰੈਫਿਕ ਨੂੰ ਡਿਵਾਈਡ ਕੀਤਾ ਜਾ ਰਿਹਾ ਲੋਕਾਂ ਨੂੰ ਬਦਲਵੇਂ ਰਸਤੇ ਹੋਏ ਆਪਲ ਨਾਉਨ ਦੀ ਹਦਾਇਤਾਂ ਸੋ ਚੰਡੀਗੜ੍ਹ ਤੋਂ ਮੋਹਾਲੀ ਜਾਣ ਲਈ ਸੈਕਟਰ 51 ਲਾਈਟ ਪੁਆਇੰਟ ਤੋਂ ਸੈਕਟਰ 55 53 ਲਾਈਟ ਪੁਆਇੰਟ ਦਾ ਰਸਤਾ ਲੈ ਸਕਦੇ ਹੋ ਦੱਸਦੀ ਹੈ ਕਿ ਕੈਬ ਡਰਾਈਵਰ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਮੋਹਾਲੀ ਫੇਜ਼ 8 ਤੇ ਚੰਡੀਗੜ੍ਹ ਤੋਂ ਦਾਖਲ ਹੋਣ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਆਪਣੇ ਨਿੱਜੀ ਹਿੱਤਾਂ ਲਈ ਬਦਲ ਰਹੇ ਨੇ ਪਾਰਟੀਆਂ ਬੀਬੀ ਪੱਠਲ ਨੇ ਵੀ ਵੱਡਾ ਬਿਆਨ ਦੇ ਦਿੱਤਾ ਉਹਨਾਂ ਨੇ ਕਿਹਾ ਜੀ ਇਹਦਾ ਕੋਈ ਸਟੈਂਡ ਹੀ ਨਹੀਂ ਹੈ ਦੋਸਤੋ ਇਹ ਸਨ ਸੂਬੇ ਪੰਜਾਬ ਦੀ ਆਮ ਅਤੇ ਖਾਸ ਖਬਰਾਂ ਧੰਨਵਾਦ